पास्टर जी, इस बहन की गवाही ये है कि इस बहन को 7 साल के हार्ट में प्रॉब्लम थी। 7 साल तो हार्ट दे विच प्रॉब्लम सी। 19 mm दी पथरी सी। किन्ने दी? 19 mm। अच्छा 19 mm दी। हां जी 19 mm दी स्टोन भी सीगी। अगे और यूरिन की भी प्रॉब्लम थी। हां शुगर भी सीगा। मल्टीपल डिजीज। अगे थायराइड भी सीगा। और बवासीर भी थी। इस बहन ने काफी दवाइयां भी ली पर इन्हें कोई फर्क नहीं पड़ा। इन्होंने बहुत टेस्ट करवाए और हर बार टेस्ट में इन्फेक्शन ही आती थी। ये बहन जिस भी बीमारी का टेस्ट करवाती थी वही बीमारी पॉजिटिव आ जाती थी। इस बहन से कुछ खाया भी नहीं जाता था। इस बहन ने 3 महीने से कुछ भी नहीं खाया, ना ही इस बहन से बैठा जाता था और ना ही ये बहन कोई घर का काम कर पाती थी और ना ही इनसे चला जाता था। फिर नवंबर 2020 में इस बहन को किसी ने द चर्च ऑफ पीस एंड हीलिंग के बारे में बताया और इस बहन ने चर्च में आना शुरू किया और इस बहन को चर्च में आकर बहुत अच्छा लगा। और जब भी परमेश्वर के 10 पास्टर सूरज जी मास प्रेयर में डिक्लेयर करते थे कि आपकी हर एक बीमारी आपको छोड़कर जा रही है, ये बहन उन वर्ड्स को अपने लिए रिसीव करती थी। और जब ले हैंड प्रार्थना होती थी और परमेश्वर के दास के द्वारा जब इस बहन पर ले हैंड प्रार्थना की गई, अब उसके बाद से बहन पूरी तरीके से ठीक है। अब 3 महीने से बहन बिल्कुल ठीक है। इनकी सारी दवाइयां बंद हो चुकी हैं। अब इस बहन को कोई प्रॉब्लम नहीं है। ये बहन बिल्कुल आजाद है। इस गवाही के लिए बहन परमेश्वर को और परमेश्वर के दास पास्टर सूरज जी का बहुत बहुत धन्यवाद करते हैं। यस और गुड टेस्टिमनी। सिस्टर की कहना चाहोगे ਤੁਸੀਂ ਜਦੋਂ ਤੁਹਾਨੂੰ ਇਹ ਪ੍ਰੋਬਲਮ ਸੀਗੀ ਤੁਹਾਡੀ ਲਾਈਫ ਕਿਦਾਂ ਦੀ ਸੀਗੀ ਤੁਹਾਡੀ ਲਾਈਫ? ਮੇਰੀ ਲਾਈਫ ਇੰਨੀ ਸੀਗੀ ਕਿ ਪਤਾ ਨਹੀਂ ਮੈਂ ਬਚਣਾ ਕਿ ਨਹੀਂ ਬਚਣਾ। ਹਾਂ ਆ ਮੇਰਾ ਬੇਟਾ ਖੜਾ ਹੋਇਆ, ਇਹ ਬੜਾ ਰੋਂਦਾ ਸੀ, ਕਹਿੰਦਾ ਕਿ ਮੇਰਾ ਪਾਪਾ ਹੈ ਨਹੀਂ ਆ ਤੇ ਮੇਰੇ ਦਾਦਕੇ ਛੁੱਟ ਗਏ, ਮੇਰੀ ਮੰਮੀ ਬਚ ਜਾਵੇ ਤੇ ਜੇ ਮੰਮੀ ਨੂੰ ਕੁਝ ਹੋ ਗਿਆ ਤੇ ਸਾਡੀ ਜ਼ਿੰਦਗੀ ਖਰਾਬ ਹੋਣੀ, ਅਸੀਂ ਰੋਲ ਜਾਣਾ, ਤਿੰਨੇ ਭਰਾ ਨੂੰ ਸਾਨੂੰ ਕੌਣ ਪੁੱਛੂਗਾ? ਜਿੱਥੇ ਵੀ ਆਰਾਮ ਆਉਂਦਾ ਮੇਰੀ ਮੰਮੀ ਨੂੰ ਮੈਂ ਉੱਥੇ ਹੀ ਲੈ ਕੇ ਜਾਊਂਗਾ। ਕੋਈ ਵੈਦ ਨਹੀਂ ਛੱਡਿਆ ਦੇਹਰਾਦੂਨ ਹਿਮਾਚਲ, ਕੋਈ ਬਹੁਤ ਸਾਰੇ ਡਾਕਟਰਾਂ ਕੋਲੇ ਗਏ। ਹਾਂਜੀ ਸਿਆਣੇ ਕੋਲ ਵੀ, ਸਿਆਣੇ ਕੋਲ ਵੀ ਗਏ। ਹਾਂਜੀ ਸਾਰੇ ਕੋਲ, ਬਾਬੇ ਫਕੀਰ ਕੋਲ ਬੜੇ ਪੈਸੇ ਲਾਏ। ਹਾਂ ਇਹ ਕਹਿੰਦਾ ਜਿੱਥੇ ਮੇਰੀ ਮੰਮੀ ਠੀਕ ਹੋਗੀ ਮੈਂ ਉੱਥੇ, ਤੇ ਇਹਨੂੰ ਪਤਾ ਦੱਸਿਆ ਚਰਚ ਦੇ ਬਾਰੇ, ਇਹ ਮੈਨੂੰ ਚਰਚ ਲੈ ਕੇ ਗਿਆ। ਮੈਨੂੰ ਚਰਚ ਜਾਂਦੇ ਮੈਨੂੰ ਆਰਾਮ ਆਇਆ ਬਹੁਤ, ਨਹੀਂ ਤਾਂ ਮੈਨੂੰ ਇੰਨਾ ਸੁੱਜੀ ਸੀ ਮੈਂ ਦੇਖ ਨਹੀਂ ਸਕਦੀ ਸੀ। ਸਾਰੇ ਇਹ ਕਹਿੰਦੇ ਸੀ ਕਿ ਇਹ 2 ਦਿਨ ਦੀ ਹੈਗੀ ਆ, ਪਤਾ ਨਹੀਂ ਇਹਨੇ ਬਚਣਾ ਕਿ ਨਹੀਂ ਬਚਣਾ, ਕਿਉਂਕਿ ਕੁਇੰਟਲ ਵਜ਼ਨ ਸੀਗਾ। ਅੱਖ ਖੁੱਲਦੀ ਸੀ ਨਹੀਂ ਮੇਰੀ, ਨਾ ਬਹਿ ਸਕਦੀ ਸੀ ਨਾ ਮੈਂ ਉੱਠ ਸਕਦੀ ਸੀ, ਤੇ ਬੱਚਾ ਮੈਨੂੰ ਬਾਥਰੂਮ ਤੱਕ ਇਹ ਮੈਨੂੰ ਬੱਚਾ ਮੈਨੂੰ ਕਰਵਾਉਂਦਾ ਸੀਗਾ ਕਿ ਮੇਰੀ ਆਹ ਉਂਗਲੀ ਨਹੀਂ ਹਿਲਦੀ ਸੀ ਕਿ ਮੈਂ ਕੁਛ ਤੋੜਾਂ ਜੇ ਦਵਾਈ ਚੱਕਾਂ ਤੇ ਜੋ ਮੈਂ ਤੁਰਾਂ ਜੋ ਬੈਠਾਂ ਕੁਛ। ਤੇ ਮੈਨੂੰ ਬੜਾ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ, ਦਾਸ ਦਾਸੀ ਦਾ ਵੀ ਧੰਨਵਾਦ ਕਰਦੀ ਹਾਂ, ਸਾਰੀ ਕਲੀਸਿਆ ਨੂੰ ਵੀ ਵਿਸ਼ਵਾਸ ਕਰੋ ਤੇ ਮੈਂ ਕਹਿੰਦੀ ਪਰਮੇਸ਼ਵਰ ਸਾਰਾ ਕੰਮ ਚੰਗਾ ਕਰਦਾ। ਵਿਸ਼ਵਾਸ ਬਲੀਵ ਖੁਦਾ ਦਾ ਬਚਨ ਕਹਿੰਦਾ ਜੈਸਾ ਤੇਰਾ ਵਿਸ਼ਵਾਸ ਵੈਸਾ ਤੇਰੇ ਸਾਥ ਹੋ ਜਾਏ। ਕਿਉਂਕਿ ਪ੍ਰਭੂ ਯਿਸੂ ਮਸੀਹ ਉਸ ਔਰਤ ਨੂੰ ਵੀ ਕਹਿੰਦੇ ਸੀਗੇ ਅਗਰ ਤੂੰ ਵਿਸ਼ਵਾਸ ਕਰੇਗੀ ਤੂੰ ਮੇਰੀ ਮਹਿਮਾ ਕੋ ਦੇਖੇਗੀ, ਪਰਮੇਸ਼ਵਰ ਕੀ ਮਹਿਮਾ ਕੋ ਦੇਖੇਗੀ। ਅਗਰ ਤੂੰ ਵਿਸ਼ਵਾਸ ਕਰੇਗੀ ਤੂੰ ਮਹਿਮਾ ਕੋ ਦੇਖੇਗੀ। ਵਿਸ਼ਵਾਸ ਬਾਈਬਲ ਦੱਸਦੀ ਹੈ ਜੈਸਾ ਤੇਰਾ ਵਿਸ਼ਵਾਸ ਵੈਸਾ ਤੇਰੇ ਸਾਥ ਹੋ ਜਾਏ। ਵਿਸ਼ਵਾਸ ਸੁਣਨੇ ਸੇ ਔਰ ਸੁਣਨਾ ਮਸੀਹ ਕੇ ਵਚਨ ਸੇ ਹੋਤਾ ਹੈ। ਜਦੋਂ ਆਏ ਇਹਨਾਂ ਨੇ ਵਚਨ ਨੂੰ ਸੁਣਿਆ, ਵਚਨ ਨੇ ਇਹਨਾਂ ਦੇ ਜੀਵਨ 'ਚ ਕੰਮ ਕੀਤਾ, ਪਰਮੇਸ਼ਵਰ ਨੇ ਇਸਤੇਮਾਲ ਕੀਤਾ। ਹਾਲੇਲੂਇਆ, ਕਿਉਂਕਿ ਪਰਮੇਸ਼ਵਰ ਆਪ ਨਹੀਂ ਆਉਂਦਾ, ਆਪਣੇ ਦਾਸਾਂ ਆਪਣੇ ਨਬੀਆਂ ਨੂੰ ਇਸਤੇਮਾਲ ਕਰਦਾ ਵਾ। ਹਾਲੇਲੂਇਆ। ਹੁਣ ਤੁਸੀਂ ਬਿਲਕੁਲ ਠੀਕ ਹੋ? ਬਿਲਕੁਲ ਆਜ਼ਾਦ ਹੋ? ਹਾਂਜੀ ਮੈਂ ਰੋਟੀ ਬਣਾਉਂਦੀ, ਕੱਪੜੇ ਧੋਂਦੀ, ਪੋਚੇ ਲਾਉਂਦੀ। ਪੱਥਰੀ ਵੀ ਨਿਕਲ ਚੁੱਕੀ ਹੈ? ਹਾਂਜੀ ਪੱਥਰੀ ਵੀ ਨਹੀਂ ਹੈਗੀ, ਥਾਇਰਾਇਡ ਗੱਠੀਆ। 19 mm ਦੀ ਪੱਥਰੀ, ਥਾਇਰਾਇਡ ਗੱਠੀਆ, ਹਾਰਟ ਦੀ ਪ੍ਰੋਬਲਮ। ਸੁਣ ਲਓ ਹੁਣ, ਸਾਰੀ ਬਿਮਾਰੀਆਂ ਸੀ ਜਿਹੜੀ ਟੈਸਟ ਕਰਵਾਉਂਦੀ ਸੀ ਉਹ ਹੀ ਨਿਕਲਦਾ ਸੀਗਾ। ਬੀਪੀ ਵੱਧ ਜਾਂਦਾ ਸੀ, ਪ੍ਰੇਸ਼ਨ ਤੇ ਵੀ ਮੈਨੂੰ ਲੈ ਗਏ ਸੀ ਪ੍ਰੇਸ਼ਨ ਕਰਵਾਉਣ ਨੂੰ, ਤੇ ਮੇਰਾ ਹਾਰਟ ਵੀ ਵੱਧ ਗਿਆ ਤੇ ਬੀਪੀ ਵੱਧ ਗਿਆ ਤੇ ਡਾਕਟਰ ਕਹਿੰਦੇ ਨਾ ਆਪਰੇਸ਼ਨ। ਹੁਣ ਹਾਰਟ ਵੀ ਠੀਕ ਹੈ, ਹਾਂਜੀ, ਬੀਪੀ ਵੀ ਠੀਕ ਹੈ, ਪੱਥਰੀ ਵੀ ਦੌੜ ਗਈ ਹੈ, ਹਾਂਜੀ, ਗਾਇਬ ਹੋ ਗਈ ਹੈ, ਗੱਠੀਆ ਵੀ ਦੌੜ ਗਿਆ ਵਾ, ਬਿਮਾਰੀਆਂ ਚਲੇ ਗਈਆਂ ਨੇ, ਚਲੇ ਗਈਆਂ ਨੇ, ਸਭ ਚੀਜ਼ਾਂ ਤੋਂ ਆਜ਼ਾਦ ਹੈ। ਨਾਰਾ ਲਾ ਦੋ ਫਿਰ ਹਾਲੇਲੂਇਆ ਦਾ। ਉੱਚੀ ਆਵਾਜ਼ ਚ ਹੋਰ ਉੱਚੀ, ਹੋਰ ਉੱਚੀ, ਆਮੀਨ।
नारे लगते ना हाले लोहिया दे, स्वर्ग दूत भी नारे लांदे हाले लोहिया दे स्वर्ग दे विच, हैं? जदों वो आनंदित हुंदे ने स्वर्ग दे विच नारे लगते हैं। अज आप स्वर्ग दे विच बैठे हैं, आप गवाहियां नूं सुन रहे हैं, गवाहियां नूं सुन रहे हैं, असीं स्वर्ग दे विच बैठे हैं। ये फल है चर्च का टेस्टमनी, गवाहियां, हाले लोहिया। इतों पता लगता असीं जीवित चर्च दे विच बैठे हैं, असीं परमेश्वर की हजूरी दे विच बैठे हैं। जो ग्रेस मेरे आत्मिक पिता के उपर है, सेम ग्रेस के अंडर बैठे हैं यीशु के नाम दे विच। आमीन, हालेलुया। यस, तारीफ करो इस गवाही दे लई, वड्डी तारीफ तुहाडी होनी चाहिए है। छुटकारे दे लई, इस डिलीवरेंस दे लई, इस आजादी दे लई तुहाडी तारीफ वड्डी होनी चाहिए है। यस, अगली गवाही आपां सुणांगे।